ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਈ ਪਿੰਡ ਪਾਣੀ ਦੀ ਚਪੇਟ ਵਿੱਚ ਆ ਗਏ। ਇਹਨਾਂ ਪਿੰਡਾਂ ਵਿੱਚ ਮੋਤੀਪੁਰ ਖਾਲਸਾ ਪਿੰਡ ਵੀ ਸ਼ਾਮਲ ਹੈ, ਜੋ ਕਿ ਪਿੰਡ ਵਿੱਚ ਆਏ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਮੋਤੀਪੁਰ ਖਾਲਸਾ ਵਿਖੇ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ ਅਤੇ ਵੱਧਦੇ ਪਾਣੀ ਨੂੰ ਦੇਖਦੇ ਹੋਏ SP ਹੈੱਡਕੁਆਰਟਰ ਰਵਿੰਦਰ ਸਿੰਘ ਸੰਧੂ ਵੱਲੋਂ ਗੁਰਦੁਆਰਾ ਸਾਹਿਬ ਤੋਂ ਮਹਾਰਾਜ ਜੀ ਦੇ ਸਰੂਪ ਨੂੰ ਸਤਿਕਾਰ ਸਹਿਤ ਲਿਆ ਕੇ ਗੰਨਾ ਪਿੰਡ ਵਿਖੇ ਵਿਰਾਜਮਾਨ ਕੀਤਾ ਗਿਆ। ਇਸ ਤੋਂ ਇਲਾਵਾ ਨੌਜਵਾਨਾਂ ਨੇ ਦੱਸਿਆ ਕਿ ਫਲੋਰ ਵਿਖੇ ਰਾਤ ਦੇ ਤਕਰੀਬਨ 12 ਵਜੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਉਹਨਾਂ ਨੇ ਬੰਨ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਵੱਧਦੇ ਪਾਣੀ ਦੇ ਪੱਧਰ ਨੂੰ ਉਹ ਰੋਕ ਨਾ ਸਕੇ। ਪਾਣੀ ਆ ਗਿਆ ਸੀ ਜੀ ਆਲੇ ਦੁਆਲੇ ਪਿੰਡਾਂ 'ਚ, ਫਲੋਰ ਏਰੀਏ 'ਚ, ਔਰ ਸਵੇਰ ਦੇ DC ਸਾਹਿਬ SSP ਸਾਹਿਬ ਇਲਾਕੇ 'ਚ ਹੀ ਨੇ। ਅੱਜ ਇੱਥੇ ਫਿਰ ਮੋਤੀਪੁਰ ਖਾਲਸਾ ਵਿਖੇ ਪਤਾ ਲੱਗਾ ਸੀ ਵੀ ਇੱਥੇ ਕੁਝ ਲੋਕ ਫਸ ਗਏ ਨੇ, ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਿਫਟ ਕਰਨਾ ਸੀਗਾ, ਇਸ ਕਰਕੇ ਇੱਥੇ ਆਏ ਹਾਂ ਆਰਮੀ ਦੇ ਨਾਲ। ਔਰ ਇੱਥੇ ਲੈ ਕੇ ਸਰ ਤੁਹਾਨੂੰ ਕਾਲ ਵਗੈਰਾ ਆਈ ਸੀ ਕਿ? ਹਾਂਜੀ, ਮੈਸੇਜ ਆਇਆ ਸੀ ਸਾਨੂੰ, ਉਸ ਕਰਕੇ ਫਿਰ ਸਤਿ ਸ਼੍ਰੀ ਅਕਾਲ ਲਗਾਈ ਸੀ। ਮੈਂ ਇੱਥੇ ਆਇਆ ਔਰ ਮੈਂ ਕਰਾਇਆ ਨੇ ਔਰ ਆਰਮੀ ਦੇ ਕੋਲ, ਪਰ ਅਸੀਂ ਇੱਥੇ ਠੀਕ ਠਾਕ ਸਮਾਨ ਇਹਨਾਂ ਨੇ ਆਲੂ ਸੰਭਾਲ ਲਿਆ ਹੈਗੇ, ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇੱਥੇ ਲੈ ਕੇ ਜਾਣਾ। ਇੱਥੇ ਦੇ ਏਰੀਏ ਦਾ ਹਾਲਾਤ, ਇੱਥੇ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਹੈ ਜੀ, ਠੀਕ ਹੈ ਜੀ। ਅਤੇ ਇੱਥੇ 2-3 ਫੁੱਟ ਦੇ ਕੋਈ ਸੜਕਾਂ ਨੇ ਪਾਣੀ ਸਾਰੇ ਤੁਰਿਆ ਫਿਰਦਾ ਆ, ਕੋਈ ਪ੍ਰਸ਼ਾਸਨ ਦਾ ਕਿਸੇ ਤਰੀਕੇ ਦਾ ਕੋਈ ਹੱਲ ਨਹੀਂ ਭਾਅ ਜੀ ਹੈਗਾ ਇੱਥੇ, ਠੀਕ ਹੈ। ਅਤੇ ਇੱਥੇ ਲੋਕ ਵਿਚਾਰੇ ਸਾਰੇ ਘਰੋਂ ਬੇਘਰ ਹੋਏ ਫਿਰਦੇ ਆ, ਪਸ਼ੂ ਲੋਕਾਂ ਦੇ ਇੱਥੇ ਸੜਕਾਂ ਦੇ ਉੱਤੇ ਲੈ ਕੇ ਸਾਰੇ ਕੱਢ ਕੇ ਬਾਹਰ, ਅਤੇ ਉਹਨਾਂ ਨੂੰ ਨਾ ਕੁਝ ਖਾਣ ਨੂੰ ਪੱਠੇ ਨਾ ਕੁਝ ਵਾਸਤਾ, ਸਵੇਰ ਦੇਖ ਰਹੇ ਰਾਤ ਦੇ ਇੱਥੇ ਭੁੱਖੇ ਬਾਹਰ ਜਿਹੜੇ ਲੈ ਕੇ ਬੈਠੇ ਸਾਰੇ ਜਣੇ। ਪਾਣੀ ਰਾਤ ਦਾ ਭਾਜੀ ਆਇਆ, ਪਾਣੀ ਵਧੀ ਜਾਂਦਾ, ਰਾਤ ਦਾ ਪਾਣੀ ਵਧੀ ਜਾਂਦਾ ਆ, ਪਾਣੀ ਹੁਣ ਤੋਂ ਅੱਧੇ ਘੰਟੇ ਵਿੱਚ ਹੋਰ ਵੱਧ ਗਿਆ। ਅਤੇ ਸਵੇਰੇ ਰਾਤ ਦੇ 11 ਵਜੇ ਇੱਥੇ ਅਨਾਊਂਸਮੈਂਟ ਕੀਤੀ ਆ ਕਿ ਵੀ ਸਵੇਰੇ ਪਾਣੀ ਇੱਦਾਂ ਕਰਕੇ ਇੱਥੇ ਆਊਗਾ, ਵੀ ਸਾਰੇ ਆਪਣਾ ਆਪਣਾ ਧਿਆਨ ਰੱਖੋ। ਅੱਧੀ ਰਾਤ ਨੂੰ ਤੁਸੀਂ ਦੱਸੋ ਕਿਹੜਾ ਧਿਆਨ ਰੱਖ ਸਕਦਾ, ਕੀ ਕਰ ਸਕਦਾ, ਕੋਈ ਕਿਸੇ ਦਾ ਕਿਤੇ ਗਿਆ ਹੁੰਦਾ, ਕੋਈ ਘਰੇ ਨਹੀਂ ਹੁੰਦਾ, ਜਿੱਦਾਂ ਖੂਹਾਂ ਤੋਂ ਬਰਬਾਦੀ ਪੂਰੀ ਹੋ ਚੁੱਕੀ, ਖੂਹਾਂ ਤੋਂ ਤੇ ਡੈਰੀਆਂ ਤੋਂ ਪਸ਼ੂ ਸਾਰੇ ਕੱਢ ਲੈ ਗਏ ਸੀ ਜਾਂ? ਭਾਈ ਅੱਧੇ ਕੇ ਕੱਢੇ ਆ, ਅੱਧੇ ਕੇ ਹਲੇ ਕੱਢਦੇ ਪਏ ਆ, ਠੀਕ ਹੈ ਜੀ। ਅਤੇ ਬਸ ਇੱਦਾਂ ਹੀ ਆ, ਸਾਰਾ ਕੰਮ ਚੱਲੀ ਜਾਂਦਾ, ਇੱਥੇ ਕੋਈ ਆਇਆ ਨਹੀਂ, ਕੋਈ ਕਿਸੇ ਨੇ ਕੇਅਰ ਨਹੀਂ ਕੀਤੀ ਹੈਗੀ, ਹਲੇ ਤੱਕ ਕੋਈ ਪਹੁੰਚਿਆ ਨਹੀਂ ਹੈਗਾ। ਦੇਖ ਲਓ ਜੀ ਕਿੰਨੀਆਂ ਜ਼ਮੀਨਾਂ, ਕਿੰਨਾ ਕੁਛ ਬਰਬਾਦ ਲੋਕਾਂ ਦਾ ਹੋ ਚੁੱਕਿਆ, ਠੀਕ ਹੈ ਜੀ।
ਚੰਗੀ ਤਰ੍ਹਾਂ ਬਰਬਾਦੀ ਹੈ, ਪੂਰੀ ਹੋ ਚੁੱਕੀ ਹੈ, ਇੱਥੇ ਕੋਈ ਕੇਅਰ ਨਹੀਂ, ਕੋਈ ਕੁਛ ਨਹੀਂ ਹੈਗਾ। ਜਿੱਦਾਂ ਤੁਹਾਨੂੰ ਕੀ ਦੱਸਿਆ ਕਿ ਇੱਧਰੋਂ ਵੀ ਕਾਫੀ ਹੋਇਆ ਸੀਗਾ ਜੀ ਨੁਕਸਾਨ, ਇੱਧਰੋਂ ਫਿਰ ਉਹ ਜੇਸੀਬੀਆਂ ਲਾ ਕੇ ਬੁਰੇ ਬੁਰੇ ਉੱਥੇ ਰੱਖੇ ਸਾਹਮਣੇ ਮਿੱਟੀ ਦੇ। ਗਊਸ਼ਾਲਾ ਪੁਰਾਣੀ ਜਿਹੜੀ ਸ਼ਹਿਰ ਦੀ ਆ, ਫਿਰ ਉਧਰ ਜਾ ਕੇ ਉਧਰੋਂ ਤਾਂ ਜਾਂਦੇ ਜਾਂਦੇ ਤੱਕ ਤਾਂ ਕਾਫੀ ਪਾਣੀ ਸ਼ਮਸ਼ਾਨ ਘਾਟ ਦੇ ਵਿੱਚੋਂ ਦੀ ਨਿਕਲ ਚੁੱਕਾ ਸੀਗਾ ਬਾਹਰ, ਤਾਂ ਉਧਰ ਤਾਂ ਨੀ ਜੀ ਕੋਈ ਕਰ ਸਕਦੀ। ਕਾਫੀ ਮਤਲਬ ਹੋਇਆ ਜੀ ਨੁਕਸਾਨ ਉਧਰਲੇ ਪਾਸੇ, ਖੇਤ ਖੂਤ ਜਿੰਨੇ ਵੀ ਸੀਗੇ ਉਧਰ ਘੜਾ ਭਰਨ ਵਾਲੇ ਪਾਸੇ ਕਾਫੀ ਮਤਲਬ ਹੋਇਆ ਜੀ, ਖੇਤਾਂ ਦੇ ਵਿੱਚ ਪਾਣੀ ਕਾਫੀ ਆ ਚੁੱਕਾ। ਹੁਣ ਬਚਾਅ ਹੈ ਪਾਣੀ, ਹੁਣ ਬਚਾਅ ਦਾ ਕੀ ਕਹਿ ਸਕਦੇ ਜੀ, ਹੁਣ ਜਦੋਂ ਹੋਊਗੀ ਜੀ ਉਦੋਂ ਹੀ ਪਤਾ ਲੱਗੂਗਾ ਜੀ। ਬਾਕੀ ਕਹਿ ਰਹੇ ਸੰਭਾਵਨਾ ਵਾ ਪਾਣੀ ਹੋਰ ਛੱਡਣ ਦੀ। ਅੱਛਾ ਜੀ, ਹਾਂਜੀ, ਬਾਕੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਰਾਤੀ 2:30-3 ਵਜੇ ਤੱਕ ਤਾਂ ਉਹ ਜਿੱਥੇ ਪਾਣੀ ਮਤਲਬ ਉੱਥੇ ਤੱਕ ਸੀਗਾ ਜੀ, ਉਹ ਨਿਸ਼ਾਨ ਲੱਗਾ ਪਾਣੀ ਦਾ ਪਤਾ ਲੱਗ।